Now
हाथ ना लीजे कोई पाछे पाओ ना दीजिए रब्ते से Yeah.
दृढ़ता। दृढ़ता एक बल है, एक शक्ति है। उद्यम दृढ़ता विच मिल रहा है। मनुख अंदर दृढ़ता पैदा करने तो पहला एक गल सोचे कि मैं किस लिए दृढ़ता पैदा कर रहा। दृढ़ता तो इन्ना बल दिंदी है कि मनुख नूं जीवन ते मौत विच वखवार नहीं दिसदा। गुरु ने बाणी विच आखिया कहिंदे ने जदों दृढ़ता आ जाए, साबत दिली आ जाए, उदों की हुंदा है? जैसे अपने तने पराने मरन मांडे, अपनी दौलत कोई लुटेरा लुट के जा रहे हो, ते मनुख उस वक्त ये नहीं सोच सकता कि मेरे को किन्नी ताकत है ते लुटेरे को किन्नी शक्ति है। इन्ना सोचन का समा ही नहीं होता। दृढ़ता तो उस प्यार विच्चों पैदा हुई, उस स्नेह विच्चों पैदा हुई, जेड़ा स्नेह ते प्यार उसका अपनी दौलत नाल सी। दो हथ करन लई तैयार है, उहदे लई भावें उसकी जान चली जाए। गुरु ने बाणी विच आखिया कहण लगी, जैसे अपने तने परानी मरन मांडे, मरन मांडे कहण लगी इसी तरह, जे कदी तेरा स्नेह गुरु नाल होवे। एक एग्जाम्पल है, जदों सिख दा स्नेह संबंध गुरु नाल बन जाए ते उंदे ते गुरु दे दरम्यान विच खारा समुंदर होवे, ते उस समुंदर विच उफदियां मारू लहरां होण, समुंदर दियां ओ खौफनाक लहरां उसदी दृढ़ता उसदे प्यार नूं कमजोर कर सकदियां ने? बस एक एग्जाम्पल है। ते बाबा कबीर जी ने इस श्लोक विच इस एग्जाम्पल दी वरतों की थी। लफ़्ज़ बढ़ते रहे, कबीर साधु को मिलने जाइए। इतने मैं नाल में कुछ गल्ला स्पष्ट करता चला जावां। इतने साधु तो भाव कोई भेख नहीं, असी गुरु ते साधु का एक वखरापन बना दिता है। असी गुरु नाल कोई भेख तो नहीं जोड़ेगा, गुरु का कोई भेख नहीं, पर साधु नाल भेख जोड़ लिया है। उन्हें भगवे कपड़े हो तां साधु, उन्हें सफेद कपड़े हो तां साधु, उनकी गोल दस्तार हो तद साधु,
ਉਹਦੇ ਗਲ ਵਿੱਚ ਮਾਲਾ ਹੋਵੇ ਤਦ ਸਾਧੂ ਹੋਵੇ, ਉਹਦੇ ਹੱਥ ਵਿੱਚ ਸਿਮਰਨਾ ਹੋਵੇ ਮਾਲਾ ਹੋਵੇ ਤਦ ਸਾਧੂ। ਅਸੀਂ ਸਾਧੂ ਦੇ ਬਹੁਤ ਸਾਰੇ ਭੇਖ ਬਣਾ ਲਏ ਨੇ, ਕਿੱਥੋਂ ਅਸੀਂ ਕਿਸੇ ਦੀ ਸਾਧਗੀਰੀ ਦਾ ਅੰਦਾਜ਼ਾ ਲਗਾਇਆ। ਗੁਰੂ ਦਾ ਨਹੀਂ ਹਾਲਾਂਕਿ ਸਾਧੂ ਨੇ ਬਾਣੀ ਅੰਦਰ ਗੁਰੂ ਨੂੰ ਹੀ ਸਾਧੂ ਆਖਿਆ। ਇੱਕ ਗੱਲ ਫਿਰ ਦੁਹਰਾ ਦਿਆਂ, ਗੁਰਮਤ ਦੇ ਖੇਤਰ ਵਿੱਚ ਸਾਧੂ ਗੁਰੂ ਤੋਂ ਵੱਖਰਾ ਨਹੀਂ। ਜਿਹਨੇ ਸਾਧਨਾ ਕੀਤੀ ਹੈ, ਜਿਹਨੇ ਸ਼ਬਦ ਨੂੰ ਕਮਾਇਆ ਹੈ, ਜਿਹਨੇ ਹੁਕਮ ਦੀ ਤਾਰੀਫ ਕਰਕੇ ਆਪਣਾ ਜੀਵਨ ਕੱਲ੍ਹ ਦਾ ਕੁਦਰਤੀ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ। ਅੱਜ ਦੇ ਇਸ ਸਲੋਕ ਨਾਲ ਕੱਲ੍ਹ ਦਾ ਗੁਰੂ ਪੰਚਮ ਪਾਤਸ਼ਾਹ ਜੀ ਦੀ ਸਾਧਨਾ ਦਾ ਇਤਿਹਾਸ ਬੜਾ ਮੇਲ ਖਾਂਦਾ ਹੈ, ਕਿਉਂਕਿ ਗੁਰੂ ਹੈ ਹੀ ਉਹ ਜਿਹਦੇ ਕੋਲ ਸਾਧਨ ਹੈ, ਅਤੇ ਸਾਧੂ ਵੀ ਉਹੋ ਹੀ ਹੈ ਜਿਹਦੇ ਕੋਲ ਸਾਧਨ ਹੈ। ਇਸੇ ਲਈ ਗੁਰਬਾਣੀ ਅੰਦਰ ਦੋਨੋਂ ਲਫ਼ਜ਼ ਇਕੱਠੇ ਵੀ ਕੀਤੇ ਗਏ, ਸਾਧੂ ਸਤਿਗੁਰੂ ਦੇਖੇ ਰਹੋ। ਜਿਹੜਾ ਸਤਿਗੁਰੂ ਰੂਪ ਸਾਧੂ ਨੂੰ ਦੇਖਦਾ, ਜਿਹਦੇ ਕੋਲ ਸਾਧਨ ਹੈ, ਜਿਹੜਾ ਸਾਧੂ ਸਤਿਗੁਰੂ ਦੇਖੇ ਰਹੋ। ਹੁਣ ਇੱਥੇ ਬਾਬਾ ਕਬੀਰ ਜੀ ਦਾ ਇੱਕ ਲਫ਼ਜ਼ ਮੈਂ ਜਿਹੜਾ ਅੱਜ ਦਾ ਸਲੋਕ ਦਾ ਫਿਰ ਦੁਹਰਾ ਦਿਆਂ, ਜਿਹੜਾ ਧਿਆਨ ਆਪਾਂ ਦੇਖੀਏ। ਗੁਰੂ ਦੇ ਦਰਸ਼ਨ ਕਰਨ, ਗੁਰੂ ਨੂੰ ਮਿਲਣ ਜਾਣਾ ਹੋਵੇ ਸਾਧੂ ਰੂਪ ਵਿੱਚ, ਤਾਂ ਅਗਲੇ ਇੱਕ ਲਫ਼ਜ਼ ਬੜੇ ਸੋਚਣ ਦੇ ਮੁਹਤਾਜ ਨੇ, ਉਹ ਇਹਨੇ ਸਾਥ ਨਾ ਲੀਜਾ ਕੋਏ ਹੈ। ਮੈਨੂੰ ਅਫਸੋਸ ਵੀ ਹੋਇਆ, ਮੈਂ ਨਾਮ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦਾ। ਸਾਡੇ ਮਹਾਨ ਵਿਦਵਾਨ ਅਖਵਾਉਣ ਵਾਲਿਆਂ ਨੇ ਵੀ ਇਹਦੇ ਅਰਥ ਇਹ ਕਰ ਦਿੱਤੇ ਅਤੇ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ। ਗੁਰਮਤਿ ਦੇ ਖੇਤਰ ਵਿੱਚ ਜੇ ਤੂੰ ਗੁਰੂ ਨੂੰ ਮਿਲਣ ਜਾਏ, ਗੁਰੂ ਦੇ ਦੀਦਾਰ ਕਰਨ ਜਾਏ, ਗੁਰੂ ਕੇ ਦਰਬਾਰ ਵਿੱਚ ਜਾਏ, ਕੋਈ ਤੇਰੇ ਨਾਲ ਨਹੀਂ ਹੋਣਾ ਚਾਹੀਦਾ। ਇਹ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ। ਕਦੇ ਪੁਰਾਣੀ ਹਿਸਟਰੀ ਪੜ੍ਹੋ, ਜਦੋਂ ਜੰਗਲ ਬੀਆਬਾਨਾਂ ਵਿੱਚੋਂ ਲੰਘਣਾ ਪੈਂਦਾ ਸੀ, ਖਤਰਨਾਕ ਰਸਤੇ ਹੁੰਦੇ ਸਨ, ਆਉਣ ਜਾਣ ਦੇ ਅੱਜ ਵਾਲੇ ਸਾਧਨ ਨਹੀਂ ਸਨ ਹੁੰਦੇ। ਜਦੋਂ ਤੁਸੀਂ ਹਿਸਟਰੀ ਪੜ੍ਹਦੇ ਹੋ ਤੇ ਸਾਡੇ ਸਾਹਮਣੇ ਆਉਂਦਾ, ਉਦੋਂ ਤੇ ਲੋਕ ਇਕੱਲੇ ਦੁਕੱਲੇ ਸਫ਼ਰ ਕਰ ਹੀ ਨਹੀਂ ਸਕਦੇ, ਕਾਫਲੇ ਆਉਂਦੇ ਸਨ, ਸੰਗਤਾਂ ਇਕੱਠੀਆਂ ਹੋ ਕੇ, ਬਹੁਤ ਸਾਰੇ ਲੋਕ ਇਕੱਠੇ ਹੋ ਕੇ ਕਾਫਲਾ ਬਣਾ ਕੇ ਆਉਂਦੇ ਸਨ। ਆ ਜਥੇਦਾਰ ਲਫ਼ਜ਼ ਵੀ ਉਦੋਂ ਤੋਂ ਪੈਦਾ ਹੋਇਆ। ਜੱਥਾ ਦਾ ਮਤਲਬ ਹੁੰਦਾ ਸੀ ਇਕੱਲਾ ਨਾ ਤੁਰਨਾ, ਇਕੱਲੇ ਨੂੰ ਜੱਥਾ ਵੀ ਕਹਿੰਦੇ, ਜੱਥਾ ਕਹਿੰਦੇ ਉਸਨੂੰ ਜਿਹਦੇ ਵਿੱਚ ਬਹੁਤ ਸਾਰੇ ਵਿਅਕਤੀ ਇਕੱਠੇ ਹੋਣ, ਤੇ ਉਹਨਾਂ ਦੀ ਕੋਈ ਅਗਵਾਈ ਜਿਹੜਾ ਰਸਤੇ ਦੀਆਂ ਮੁਸ਼ਕਲਾਂ ਵਿੱਚੋਂ ਉਹਨਾਂ ਨੂੰ ਲੰਘਾ ਸਕੇ, ਅਗਵਾਈ ਕਰ ਸਕੇ, ਉਹਨੂੰ ਜਥੇਦਾਰ ਕਹਿੰਦੇ ਸਨ। ਉਦੋਂ ਆਮ ਸੰਗਤਾਂ ਜਦੋਂ ਆਉਂਦੀਆਂ ਸਨ ਗੁਰੂ ਕੇ ਦਰਬਾਰ ਵੱਲ, ਉਦੋਂ ਜੱਥੇ ਬਣਾ ਕੇ ਆਉਂਦੀਆਂ ਸਨ ਅਤੇ ਆਪਣੇ ਵਿੱਚੋਂ ਕੋਈ ਇੱਕ ਜੱਥੇਦਾਰ ਚੁਣ ਲੈਂਦੇ ਸਨ, ਜਿਹਨੂੰ ਸਮਝਦੇ ਸਨ ਵੀ ਸਿਆਣਾ ਹੈ, ਸਾਡੇ ਸਫ਼ਰ ਅੰਦਰ ਮੁਸਾਫਰੀ ਵਿੱਚ ਹਰ ਤਰ੍ਹਾਂ ਹਰੇ ਠੀਕ ਹੋਵੇਗਾ, ਔਕੜਾਂ ਤੋਂ ਬਚਾ ਕੇ ਰੱਖੇਗਾ। ਇਉਂ ਜੱਥਾ ਅਤੇ ਜੱਥੇਦਾਰ ਲਫ਼ਜ਼ ਪ੍ਰਚਲਿਤ ਹੋਇਆ, ਜਿੱਥੇ ਜੱਥਾ ਹੀ ਕੋਈ ਨਹੀਂ ਉੱਥੇ
ਉੱਥੇ ਜਥੇਦਾਰ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਪਹਿਲਾਂ ਜਥਾ ਹੋਵੇਗਾ ਤਾਂ ਜਥੇਦਾਰ ਹੋਵੇਗਾ। ਅਤੇ ਸਾਡੇ ਤਾਂ ਲਫ਼ਜ਼ ਜਥਾ ਜਾਂ ਜਥੇਦਾਰ ਜਿਹੜਾ ਕਦਮ ਕਦਮ 'ਤੇ ਜੁੜਿਆ ਹੋਇਆ, ਕਿਉਂਕਿ ਸਾਡੇ ਇਤਿਹਾਸ ਦਾ ਹਿੱਸਾ ਜਥਾ ਬਣ ਚੁੱਕਾ ਹੈ। ਅਸੀਂ ਜੋ ਵੀ ਕੰਮ ਕੀਤਾ ਜਥੇ ਦੇ ਰੂਪ ਵਿੱਚ ਕੀਤਾ, ਇਕੱਲਤਾ ਦੇ ਰੂਪ ਵਿੱਚ ਨਹੀਂ। ਇਹੋ ਕਾਰਨ ਸੀ ਕਿ ਗੁਰੂ ਕੇ ਦਰਬਾਰ ਅੰਦਰ ਵੀ ਜਦੋਂ ਸੰਗਤਾਂ ਆਉਂਦੀਆਂ ਸਨ ਤਾਂ ਜੱਥਾ ਬਣਾ ਕੇ, ਕਾਫਲਾ ਬਣਾ ਕੇ ਆਉਂਦੀਆਂ ਸਨ, ਇਕੱਠੇ ਕਰ ਲੈਣਾ ਸਭ ਨੂੰ ਅਤੇ ਇਕੱਠੇ ਹੋ ਕੇ ਆਉਣਾ। ਅਤੇ ਜੇ ਭਲਾ ਇਹਨੂੰ ਗੁਰਮਤ ਆਖਿਆ ਜਾਏ, ਜਿਹੜੇ ਆਹ ਲਫ਼ਜ਼ ਆਏ ਨੇ, ਕਿਉਂਕਿ ਬਾਬਾ ਕਬੀਰ ਜੀ ਦੀ ਕਹੀ ਹੋਈ ਬਾਣੀ ਬਾਣੀ ਇੱਕ ਉਪਦੇਸ਼, ਉਪਦੇਸ਼ ਵਿੱਚ ਜੋ ਹੁਕਮ ਹੁੰਦਾ ਉਹ ਸ਼ਰਤ ਹੈ। ਇਹਦਾ ਮਤਲਬ ਬਾਬਾ ਕਬੀਰ ਇੱਕ ਸ਼ਰਤ ਆਇਦ ਕਰ ਰਹੇ ਨੇ, ਉਪਦੇਸ਼ ਵਿੱਚ ਇੱਕ ਹੁਕਮ ਕਰ ਰਹੇ ਨੇ। ਦੇਖੀ ਜਦੋਂ ਵੀ ਗੁਰੂ ਦੇ ਦਰਸ਼ਨਾਂ ਲਈ ਜਾਏ ਕਿਸੇ ਨੂੰ ਨਾਲ ਨਾ ਲਈ, ਬਲਕਿ ਮੈਂ ਸਮਝਦਾ ਵੀ ਜਦੋਂ ਗੁਰੂ ਕੇ ਦਰਬਾਰ ਅੰਦਰ, ਅੱਜ ਵੀ ਅਸੀਂ ਉਸ ਗੱਲ ਨੂੰ ਮਾਣ ਸਮਝਦੇ, ਜਦੋਂ ਗੁਰੂ ਕੇ ਦਰਬਾਰ ਵਿੱਚ ਆਓ ਤੁਸੀਂ ਗੁਆਂਢੀਆਂ ਨੂੰ ਵੀ ਕਹਿੰਦੇ ਹੋ, ਚਲੋ ਵੀ ਆਪ ਸਤਸੰਗ ਕਰੀਏ, ਦੂਜੇ ਨੂੰ ਵੀ ਕਰਾਈਏ, ਆਪ ਗੁਰੂ ਨਾਲ ਜੁੜੀਏ, ਦੂਜੇ ਨੂੰ ਵੀ ਜੋੜੀਏ। ਅਤੇ ਜੇ ਆਖੀਏ ਗੁਆਂਢੀ ਨੂੰ ਪਤਾ ਹੀ ਨਾ ਲੱਗੇ ਮੈਂ ਗੁਰਦੁਆਰੇ ਚੱਲਿਆ, ਪੜੋਸੀ ਨੂੰ ਪਤਾ ਹੀ ਨਾ ਲੱਗੇ ਗੁਰੂ ਨਾਲ ਜੁੜਨ ਦਾ ਕਿਸਮ ਹੈ। ਸਾਧ ਸੰਗਤ ਦਾ ਤਾਂ ਮਸਲਾ ਹੀ ਇਹ ਹੈ ਵੀ ਇਕੱਤਰ ਕਰਨਾ। ਸੰਗ ਦਾ ਮਤਲਬ ਹੀ ਮਿਲਾਪ ਹੈ, ਸੰਗ ਕਰਨਾ, ਮਿਲਾਪ ਕਰਨਾ। ਸਾਧ ਸੰਗਤ ਦਾ ਅਰਥ ਹੀ ਹੈ ਕਿ ਮਾਂ ਰੱਬ ਨਾਲ, ਗੁਰੂ ਨਾਲ ਜੁੜਨ ਵਾਲੇ ਲੋਕ ਇਕੱਠੇ ਹੋਣ, ਉਹਨੂੰ ਸਾਧ ਸੰਗਤ ਕਹਿੰਦੇ ਨੇ। ਗੁਰੂ ਨੇ ਇਸੇ ਲਈ ਬਾਣੀ ਅੰਦਰ ਆਖਤਾ, ਸਤਿਗੁਰ ਬਾਝੋ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਵੇ ਕੋਈ। ਸਾਧ ਸੰਗਤ ਕੀ ਹੈ? ਗੁਰੂ ਨਾਲ ਜੁੜੇ ਹੋਏ ਲੋਕਾਂ ਦਾ ਸੰਗ, ਇਕੱਤਰਤਾ। ਔਰ ਅਸੀਂ ਰੋਜ਼ ਇਹ ਵੀ ਗੱਲ ਬਾਰ ਬਾਰ ਪੜ੍ਹ ਰਹੇ ਹਾਂ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਮਿਲਵੇ ਕੀ ਮਹਿਮਾ ਬਰਨ ਨਾ ਸਾਕੋ। ਗੁਰਬਾਣੀ ਅੰਦਰ ਬਾਰ ਬਾਰ ਕਿਹਾ ਜਾ ਰਿਹਾ, ਮਿਲਵੇ ਕੀ ਮਹਿਮਾ ਬਰਨ ਨਾ ਸਾਕੋ। ਕੀ ਕਾਰਨ ਹੈ? ਬਾਬਾ ਕਬੀਰ ਕਦੀ ਵੀ ਐਸੀ ਗੱਲ ਨਹੀਂ ਕਹਿ ਸਕਦੇ ਜੋ ਗੁਰਮਤ ਦੇ ਬਾਕੀ ਸਾਰੇ ਇਸੇ ਵਿੱਚ ਸਿਧਾਂਤ ਵਿੱਚ ਫਿੱਟ ਨਾ ਹੁੰਦੇ। ਇੱਥੇ ਬਾਬਾ ਕਬੀਰ ਜੀ ਦੇ ਜੇ ਅਸੀਂ ਇਹਨਾਂ ਲਫ਼ਜ਼ਾਂ ਨੂੰ ਇਹ ਅਰਥ ਲਈਏ, ਸੰਗਤ ਵਿੱਚ ਜਾਈਏ, ਜਦੋਂ ਗੁਰੂ ਦੇ ਦਰਸ਼ਨਾਂ ਦੇ ਜਾਈਏ, ਕਿਸੇ ਨੂੰ ਨਾਲ ਨਾ ਲਈ, ਅਰਥ ਇਹ ਕਰ ਦਿੱਤੇ ਗਏ। ਹੁਣ ਸਧਾਰਨ ਸਿੱਖ ਜਦੋਂ ਟੀਕਾ ਪੜ੍ਹੇਗਾ ਵੇਖ ਕੇ ਉਹ ਤਾਂ ਆਖੇਗਾ ਕਿਸੇ ਨੂੰ ਨਾਲ ਨਹੀਂ ਲੈਣਾ ਚਾਹੀਦਾ, ਕੋਈ ਮੇਰੇ ਨਾਲ ਨਾ ਜਾਵੇ, ਇਹਦੇ ਨਾਲ ਸਤਸੰਗ ਟੁੱਟ ਜਾਏਗੀ। ਬਾਬਾ ਕਬੀਰ ਜੀ ਇਹ ਗੱਲ ਆਖ ਰਹੇ ਨੇ, ਕਬੀਰ ਸਾਧੂ ਕੋ ਮਿਲਨੇ ਜਾਈਏ। ਸਾਥ ਨਾ ਲੀਜੈ ਕੋ, ਕਿਸੇ ਨੂੰ ਨਾਲ ਨਾ ਲੈ। ਤੇ ਅਗਲੇ ਪਾਸੇ ਇਹ ਹੈ ਵੀ ਜੇ ਰਾਹ ਵਿੱਚ ਕੋਈ ਔਕੜ ਆਵੇ ਤੇ ਕਿਸੇ ਔਕੜ ਤੋਂ ਘਬਰਾਓ ਵੀ ਨਾ, ਪਛ ਕੇ ਪਾਉ ਨਾ ਦੀਜੀਏ, ਕਿਉਂਕਿ ਔਕੜ ਤੋਂ ਮਨੁੱਖ ਡਰ ਕੇ ਪਿੱਛੇ ਮੁੜ ਆਵੇ, ਕਿਸੇ ਪਰੇਸ਼ਾਨੀ ਤੋਂ
ਰੁਕਾਵਟ ਤੋਂ ਦੁਖੀ ਹੋ ਕੇ ਆਖੇ ਮੈਂ ਅੱਗੇ ਜਾ ਕੇ ਕੀ ਕਰਨਾ, ਫਿਰ ਵੀ ਗੁਰੂ ਦੇ ਰਾਹ ਵਿੱਚ ਰੁਕਾਵਟ ਪੈ ਗਈ। ਜੇ ਚਾਰ ਇਕੱਠੇ ਹੋ ਗਏ ਤਦ ਵੀ ਰੁਕਾਵਟ ਪੈ ਗਈ, ਕਿਉਂਕਿ ਨਾਲ ਤਾਂ ਕਿਸੇ ਨੂੰ ਲੈਣਾ ਨਹੀਂ ਤੇ ਇਕੱਲੇ ਨੂੰ ਔਕੜ ਆ ਜਾਏਗੀ। ਤੇ ਜਦੋਂ ਔਕੜ ਆਏਗੀ ਫਿਰ ਪਿਛਾ ਮੁੜੇਗਾ, ਔਕੜ ਤੇ ਮੁੜ ਗਿਆ, ਉੱਥੇ ਵੀ ਲਫਾ ਆ ਗਏ। ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੈ ਕੋਇ। ਫਿਰ ਕਹਿਣ ਲੱਗੇ ਪਾਛੇ ਪਾਉ ਨਾ ਦੀਜੀਏ। ਜੇ ਕੋਈ ਮੁਸ਼ਕਿਲ ਆ ਬਣੇ ਤਾਂ ਮੁੜਨਾ ਨਹੀਂ, ਮੁੜਨਾ ਨਹੀਂ, ਜੋ ਕੁਝ ਹੁੰਦਾ ਹੋ ਜਾਏਗਾ। ਹੁਣ ਇਹ ਆਮ ਦ੍ਰਿਸ਼ਟੀ ਲਈ ਇਹ ਗੱਲ ਵੀ ਮੁਸ਼ਕਿਲ ਹੈ। ਅੱਛੇ ਪਾਉਣਾ ਦੀ ਜੀ ਆਗੇ ਹੋਏ ਸੋ ਹੋਏ, ਜੋ ਕੁਝ ਹੋਏਗਾ ਠੀਕ ਹੈ, ਪਿਛਾ ਨਹੀਂ ਲੁਕਣਾ। ਇੱਕ ਖਿਆਲ ਕਰਿਓ, ਮਨੁੱਖ ਦਾ ਕੋਈ ਸਾਥ ਹੈ ਜਿਹਨਾਂ ਨਾਲ ਮਨੁੱਖ ਜੁੜਿਆ ਹੋਇਆ। ਜੀਵਨ ਇਕੱਲਾ ਨਹੀਂ, ਜਦੋਂ ਜਨਮ ਲੈਂਦਾ ਜਨਮ ਤੋਂ ਬਾਅਦ ਹੀ ਇਹਦੇ ਨਾਲ ਕੁਝ ਬੈਰੂਨੀ ਤੇ ਕੁਝ ਅੰਦਰੂਨੀ ਰਿਸ਼ਤੇ ਕਾਇਮ ਹੋਣੇ ਸ਼ੁਰੂ ਹੋ ਜਾਂਦੇ ਨੇ। ਗੁਰੂ ਨੇ ਉਹਨਾਂ ਦੋਵਾਂ ਤਰ੍ਹਾਂ ਦੇ ਰਿਸ਼ਤੇ ਕਾਇਮ ਦਾ ਜ਼ਿਕਰ ਕੀਤਾ। ਗੁਰਬਾਣੀ ਨੂੰ ਜਿਉਂ ਜਿਉਂ ਗਹਿਰਾਈ ਨਾਲ ਸਮਝੀਏ ਸਾਨੂੰ ਬਹੁਤ ਕੁਝ ਮਿਲਦਾ ਹੈ। ਕੁਝ ਰਿਸ਼ਤੇ ਉਹ ਨੇ ਜਿਹੜੇ ਬੈਰੂਨੀ ਹੁੰਦੇ ਨੇ, ਕੁਝ ਅੰਦਰੂਨੀ ਹੁੰਦੇ ਨੇ। ਅੰਦਰੂਨੀ ਰਿਸ਼ਤੇ ਦਾ ਜ਼ਿਕਰ ਕਰਦੇ ਆ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਾਤਿ ਸੁਭਾਣਾ ਤਾ ਜੰਮਿਆ ਜਨਮਣਾ, ਜਾਤਿ ਸੁਭਾਣਾ ਜੰਮਿਆ ਪਰਵਾਰ ਪਰਾਵਾਰ, ਇਹਦਾ ਹੀ ਪੈਦਾ ਹੋਇਆ। ਸਾਰੇ ਪਰਿਵਾਰ ਨੂੰ ਬੜਾ ਚੰਗਾ ਲੱਗਾ, ਪਰਾਵਾਰ ਬਹੁਤ ਚੰਗਾ ਹੋਇਆ, ਮੇਰੇ ਘਰ ਪੁੱਤਰ ਹੋਇਆ, ਮੇਰੇ ਘਰ ਤੀਜਾ ਹੋਇਆ। ਪਰ ਇੱਕ ਰਿਸ਼ਤਾ ਹੋਰ ਅੰਦਰੂਨੀ ਪੈਦਾ ਹੋ ਗਿਆ, ਉਹ ਤੈਨੂੰ ਜਾਂ ਮੈਨੂੰ ਪਤਾ ਨਹੀਂ। ਕਹਿਣ ਲੱਗੀ ਉਹ ਰਿਸ਼ਤਾ ਕੀ ਸੀ, ਲਿਵ ਛੁੱਟਦੀ ਲਿਵ ਛੁੱਟਦੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ। ਤ੍ਰਿਸ਼ਨਾ ਨਾਲ ਰਿਸ਼ਤਾ ਬਣ ਗਿਆ। ਉਹ ਤ੍ਰਿਸ਼ਨਾ ਭਾਵੇਂ ਦੁੱਧ ਤੋਂ ਸ਼ੁਰੂ ਹੋਈ, ਪਹਿਲਾਂ ਤ੍ਰਿਸ਼ਨਾ ਦੁੱਧ ਦੀ ਲੱਗੀ, ਮੈਂ ਉਸ ਕੀਤੀ ਸੀ, ਤ੍ਰਿਸ਼ਨਾ ਬਦਲ ਦੀ ਲੱਗੀ, ਪਹਿਲਾਂ ਦੁੱਧ ਦੀ ਲੱਗੀ, ਫਿਰ ਖਿਡੌਣਿਆਂ ਦੀ ਲੱਗੀ, ਫਿਰ ਦੋਸਤਾਂ ਦੀ ਲੱਗੀ। ਤ੍ਰਿਸ਼ਨਾ ਬਦਲਦੀ, ਲੇਕਿਨ ਤ੍ਰਿਸ਼ਨਾ ਤਾਂ ਬਣੀ। ਜਿਸ ਚੀਜ਼ ਦੀ ਚਾਹਤ ਮਨ ਅੰਦਰ ਆਸਾ ਪੈਦਾ ਹੋ ਜਾਏ, ਇੱਛਾ ਪੈਦਾ ਹੋ ਜਾਏ, ਤੇ ਜਿਹਨੂੰ ਮਨੁੱਖ ਇੱਛਾ ਨੂੰ ਤਿਆਗ ਨਾ ਸਕੇ ਉਹ ਬੰਧਨ ਹੈ, ਉਹ ਸਾਥ ਹੈ। ਸਭ ਤੋਂ ਪਹਿਲਾਂ ਇਹਦਾ ਇੱਕ ਰਿਸ਼ਤਾ ਕਾਇਮ ਹੋਇਆ ਅੰਦਰੂਨੀ, ਲੇ ਛੁੱਟਦੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ। ਦੂਜਾ ਰਿਸ਼ਤਾ ਬਣ ਗਿਆ ਕ੍ਰਿਸ਼ਨਾ ਦੇ ਨਾਲ, ਫਿਰ ਮੋਹ ਪੈਦਾ ਹੋ ਗਿਆ, ਰਿਸ਼ਤੇਦਾਰੀ ਬਣਦੀ ਗਈ ਨਾ। ਇਹ ਸਾਰੇ ਜਿਹੜੇ ਅੰਦਰਲੇ ਰਿਸ਼ਤੇ ਸਨ ਉਹ ਕ੍ਰਿਸ਼ਨਾ ਸੀ, ਅੰਦਰਲਾ ਰਿਸ਼ਤਾ ਜਿਹੜਾ ਸੀ ਉਹ ਮੋਹ ਸੀ, ਤੇ ਬਾਹਰਲੇ ਰਿਸ਼ਤੇ ਭੈਣਾਂ ਭਰਾਵਾਂ ਦੇ ਬਣਦੇ ਗਏ, ਉਹ ਤਾਂ ਬਣਦੇ ਹੀ ਗਏ, ਸਾਰਿਆਂ ਨੂੰ ਪਤਾ ਹੀ ਹੈ। ਕਹਿਣ ਲੱਗੇ ਕਿਹੜਾ ਫਰਕ ਹੈ, ਅੰਦਰੂਨੀ ਰਿਸ਼ਤੇ ਐਸੇ ਪ੍ਰਬਲ ਤੇ ਬਲਵਾਨ ਰਿਸ਼ਤੇ ਬਣੇ
ਕਿ ਜਦੋਂ ਤੂੰ ਗੁਰਦੁਆਰੇ ਜਦੋਂ ਕੋਈ ਗੁਰੂ ਵੱਲ ਜਾਣਾ ਹੈ ਉਦੋਂ ਤੂੰ ਭਰਾ ਨੂੰ ਤਾਂ ਛੱਡ ਸਕਦਾ, ਜ਼ਰੂਰੀ ਨਹੀਂ ਤੇਰੇ ਨਾਲ ਜਾਂਦਾ ਜਾਵੇ, ਭੈਣ ਨੂੰ ਤਾਂ ਤਿਆਗ ਕੇ ਜਾ ਸਕਦਾ, ਜ਼ਰੂਰੀ ਨਹੀਂ ਤੇਰੇ ਨਾਲ ਜਾਵੇ। ਮਾਂ ਪਿਓ ਕੋ ਹਰਕ ਦੇ ਨਾਲ ਥੋੜ੍ਹਾ ਜਾਂਦੇ ਗੁਰਦੁਆਰੇ, ਪਰ ਤ੍ਰਿਸ਼ਨਾ ਅਤੇ ਮੋਹ ਉਹ ਤੇਰੇ ਨਾਲ ਗੁਰਦੁਆਰੇ ਵੀ ਜਾਂਦੇ ਨੇ। ਲੋਕ ਉਹ ਇੱਕ ਅੰਦਰਲਾ ਤ੍ਰਿਸ਼ਨਾ ਅੰਦਰਲਾ ਤ੍ਰਿਸ਼ਨਾ ਇੱਥੇ ਆ ਕੇ ਵੀ ਤ੍ਰਿਸ਼ਨਾ ਲੱਗੀ ਜਾਂਦੀ, ਮੈਂ ਆਹ ਅਰਦਾਸ ਕਰਾਉਣੀ, ਮੈਨੂੰ ਆਹ ਮਿਲ ਜਾ, ਤਾਂ ਵੀ ਤਾਂ ਗੁਰਦੁਆਰੇ ਆਇਆ, ਕੁਛ ਪ੍ਰਾਪਤੀ। ਇੱਕ ਖਿਆਲ ਕਰਿਓ, ਗੁਰੂ ਨੇ ਬਾਣੀ ਅੰਦਰ ਬੜੇ ਖੂਬਸੂਰਤ ਢੰਗ ਨਾਲ ਬਾਬਾ ਕਬੀਰ ਜੀ ਨੇ ਖਿਆਲ ਦਿੱਤਾ, ਕਹਿੰਦੇ ਨੇ ਅੰਦਰਲੇ ਰਿਸ਼ਤੇਦਾਰਾਂ ਦਾ ਸੋਚ ਕਿਉਂ ਆਪਾਂ ਕਹਿੰਦੇ ਸਾਮਣ ਸਾਬੰਦਨੀ ਭਾਈ ਬੰਦਾ ਉਹ ਤੇਰੇ ਨਾਲ ਹੀ ਬੈਠਾ, ਤੂੰ ਇਹ ਤਾਂ ਕਹਿ ਸਕਦਾ ਵੀ ਚਲੋ ਭਰਾ ਨੂੰ ਨਾਲ ਨਹੀਂ ਲਿਜਾਂਦਾ, ਭੈਣ ਨੂੰ ਨਾਲ ਨਹੀਂ ਲਿਜਾਂਦਾ ਗੁਰਦੁਆਰੇ ਜਾਣਾ, ਇਕਾਤ ਰਹੇਗੀ ਰਸਤੇ 'ਚ ਕੀਰਤਨ ਸੁਣਦੇ ਰਹਾਂਗੇ ਉੱਥੇ ਕੀਰਤਨ, ਪਰ ਇੱਕ ਖਿਆਲ ਕਰੇ ਤੂੰ ਇਹ ਨਹੀਂ ਕਹਿ ਸਕਦਾ ਮੈਂ ਤ੍ਰਿਸ਼ਨਾ ਨੂੰ ਨਾਲ ਨਹੀਂ ਲਿਜਾਣਾ, ਤੂੰ ਇਹ ਨਹੀਂ ਕਹਿ ਸਕਦਾ ਮੈਂ ਮੋਹ ਨੂੰ ਨਾਲ ਨਹੀਂ ਲਿਜਾਣਾ। ਉਹ ਤਾਂ ਇੱਕ ਲੁੱਟ ਆਇਆ ਗੁਰਦੁਆਰੇ ਅਰਦਾਸਾਂ, ਬਾਪੂ ਨੂੰ ਪੇ ਕਰਾਉਂਦਾ ਆਇਆ ਗੁਰਦੁਆਰੇ, ਆਸਾ ਮੈਂ ਅਰਦਾਸ ਕਾਰੋਬਾਰ ਨਹੀਂ ਪਿਆ ਕਰਾਉਂਦਾ। ਉਹ ਤ੍ਰਿਸ਼ਨਾ ਤੇ ਮੋਹ ਉਹਨੂੰ ਤਿਆਗ ਕੇ ਨਹੀਂ ਆਇਆ, ਉਹ ਬੰਧਨ ਹੈ ਜਿਹਨੂੰ ਛੱਡਣ, ਬੰਧਨ ਕਹਿੰਦੇ ਉਸਨੂੰ ਜਿਹਨੂੰ ਛੱਡਣ ਦਾ ਪੱਕਾ ਸਾਥੀ ਹੋਵੇ। ਗੁਰੂ ਕਹਿੰਦੇ ਨੇ ਤੇਰੇ ਪੱਕੇ ਸਾਥੀ ਪੱਕੇ ਰਿਸ਼ਤੇਦਾਰ ਉਹ ਨੇ ਜਿਹਨਾਂ ਨੂੰ ਤੂੰ ਤਿਆਗ ਕੇ ਨਹੀਂ ਜਾ ਸਕਦਾ ਪਿਆ। ਮੁਸ਼ਕਲ ਇਹ ਹੈ ਵੀ ਤੂੰ ਗੁਰਦੁਆਰੇ ਵੀ ਜਾਣਾ ਤੇ ਉਹ ਤੇਰੇ ਨਾਲ ਜਾਂਦੇ ਨੇ। ਤੇ ਬਹਾਦਰ ਸਾਹਿਬ ਜੀ ਇਹ ਗੱਲ ਕਿਉਂ ਕਹਿਣ ਲੱਗੇ, ਆਸਾ ਮਨਸਾ ਸਗਲ ਤਿਆਗੇ, ਆ ਛੱਡ ਕੇ ਜਾਣਾ ਹੈ, ਸਾਥ ਨਾ ਲੀਜੇ ਕੋਈ, ਇਹ ਨਹੀਂ ਵੀ ਭਰਾ ਨੂੰ ਗੁਆਢੀ ਨੂੰ ਨਾਲ ਨਾ ਨਹੀਂ ਗੁਰਦੁਆਰੇ ਜਾਣ ਲੱਗੇ, ਇਹ ਨਹੀਂ, ਬਲਕਿ ਜੇ ਤੇਰੇ ਕੋਲ ਕੋਈ ਐਡਾ ਵੱਡਾ ਕਾਰੋਬਾਰ ਹੈ ਕਿ ਤੇਰੇ ਕੋਲ 10-20-30 ਆਦਮੀ ਮੁਲਾਜ਼ਮ ਨੇ ਗੁਰਦੁਆਰੇ ਜਾਣ ਲੱਗੇ, ਉਹਨਾਂ ਨੂੰ ਵੀ ਛੁੱਟੀ ਕਰ ਲੈ, ਨਾਲ ਲੈ ਚੱਲ, ਉਹਨਾਂ ਨੂੰ ਤਾਂ ਨਾਲ ਲਿਜਾਣਾ ਜ਼ਰੂਰ। ਜਿਹੜੇ ਛੱਡ ਕੇ ਜਾਣ ਵਾਲੀਆਂ ਚੀਜ਼ਾਂ ਕੀ ਨੇ ਉਹ ਆਇਆ ਸਮਨਸਾ, ਉਹ ਤੇਰੇ ਪੱਕੇ ਸਾਥੀ ਨੇ, ਉਹ ਤੇਰੇ ਨਾਲ ਜਾਂਦੇ ਨੇ, ਤੂੰ ਤਿਆਗ ਨਹੀਂ ਸਕਦਾ, ਤੂੰ ਬੰਧਨ ਵਿੱਚ ਕਰਨ ਧਰਮ ਸੰਬੰਧ ਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੁਬੰਧ ਨਾ ਪੁੱਤਰ ਕੁਲੱਤਰ ਸੁਧੰਧ। ਕਹਿਣ ਲੱਗੇ ਜੈ ਦੇਖਾਂ ਤੈਂ ਜੇਵਰੀ, ਜਿੰਦਰ ਮੈਂ ਦੇਖਣਾ ਹਰ ਪਾਸੇ ਇੱਕ ਮੋਹ ਦੀ ਬੜੀ ਵੱਡੀ ਜੇਵਰੀ ਰੱਸੀ ਬਣੀ ਹੋਈ ਹੈ, ਜਿਹਦੇ ਵਿੱਚ ਮਨੁੱਖ ਬੱਝਿਆ ਹੋਇਆ, ਉਹ ਗੁਰਦੁਆਰੇ ਜਾਂਦਾ, ਉਹ ਵੀ ਨਾਲ ਜਾਂਦੇ ਨੇ, ਉਹ ਸਾਥ ਛੱਡਦੇ। ਜਦੋਂ ਗੁਰੂ ਕੋਲ ਆਵੇ ਤੇਰਾ ਮਨ ਅੰਦਰ ਇਹ ਨਾ ਹੋਵੇ ਮੇਰਾ ਗੁਰੂ ਦਾ ਰਿਸ਼ਤਾ ਤਾਂ ਇਹਦੇ ਮੈਨੂੰ ਆਹ ਕੁੱਲ ਮਿਲੇ, ਜੇ ਨਾ ਮਿਲੇ ਤੇ ਕਾਹਦਾ ਗੁਰੂ, ਰੱਬ ਤੋਂ ਨਾਸਤਿਕ ਮਾਹੌਲ ਕਿਵੇਂ ਪੈਦਾ ਕੀਤਾ ਜਾ ਰਿਹਾ ਹੈ। ਕੱਲ ਹੀ ਇੱਕ ਪੋਸਟ ਪੜ੍ਹ ਰਿਹਾ ਸਾਂ, ਬੜਾ ਮਨ ਪਰੇਸ਼ਾਨ ਹੋਇਆ, ਉਹ ਮਨੁੱਖ ਜਿਹੜਾ ਗੁਰਬਾਣੀ ਦਾ ਪ੍ਰਚਾਰਕ ਹੋ, ਮੈਂ ਬੜਾ ਨਜ਼ਦੀਕ ਹੋ ਕੇ ਉਸ ਨੂੰ ਗੁਰਬਾਣੀ ਦਾ ਪਤਾ, ਪਿਛਲੇ ਦਿਨ ਇੱਕ ਹਾਦਸਾ ਵਾਪਰਿਆ ਇੱਕ ਬੱਚੇ ਦਾ, ਆਪਾਂ ਸੁਣਿਆ ਸਾਡੀ ਅਣਗਹਿਲੀ ਵਿੱਚ, ਭਾਵ ਮਨੁੱਖਤਾ ਦੀ ਅਣਗਹਿਲੀ ਵਿੱਚ, ਉਸ ਅਣਗਹਿਲੀ ਅਤੇ ਕਮਜ਼ੋਰੀ ਦਾ ਨਤੀਜਾ ਨਿਕਲਿਆ ਬੱਚੇ ਦੀ ਜਾਣ ਕਈ। ਅਨੇਕਾਂ ਐਸੇ ਹਾਦਸੇ ਹੋ ਰਹੇ ਨੇ ਸਮਾਜ ਵਿੱਚ ਜਿਹੜੇ ਸਾਡੀਆਂ ਅਣਗਹਿਲੀਆਂ ਵਿੱਚੋਂ ਐਕਸੀਡੈਂਟ ਹੋ ਜਾਂਦੇ, ਕਈਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ। ਅਸੀਂ ਸੁਭਾਵ, ਅੱਜ ਦਾ ਮਨੁੱਖ ਦਾ ਸੁਭਾਵ ਉਹ ਰਾਜਨੀਤਿਕ ਇੱਕ ਰੰਗਣ ਦਿੰਦਾ,
ਉਹ ਵੀ ਖੈਰ ਕੋਈ ਚਲੋ ਮੈਂ ਉਸ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਮੈਨੂੰ ਦੁੱਖ ਇਸ ਗੱਲ 'ਤੇ ਹੋਇਆ ਜਦੋਂ ਇੱਕ ਪ੍ਰਚਾਰਕ ਦੇ ਇਹ ਲਫਜ਼ ਆਏ ਮੇਰੇ ਕੋਲ ਉਹ ਲਫਜ਼ ਨਹੀਂ ਕਹਿ ਜਾਂਦੇ ਸਨ ਬੈਠ ਕੇ ਮੈਨੂੰ ਗੁਰੂ ਬਖਸ਼ੇ ਉਹ ਲਫਜ਼ ਸਨ ਲੱਖ ਲਾਨਤ ਹੈ ਤੁਹਾਡੇ ਰੱਬ ਨੂੰ ਜਿਹਨੇ ਇਹਨੂੰ ਬਚਾਇਆ ਨਹੀਂ ਵਾਹਿਗੁਰੂ ਇਹਦਾ ਮਤਲਬ ਰੱਬ ਦੀ ਹੋਂਦ ਜਿਹੜੀ ਹੈ ਉਹ ਇੱਕ ਸ਼ਰਤ ਬਣ ਗਈ ਜੇ ਦੁੱਖ ਸੁੱਖ ਜ਼ਿੰਦਗੀ ਅੰਦਰ ਵਾਹਿਗੁਰੂ ਕਿਸੇ ਨੂੰ ਨਾ ਦੇਵੇ ਮੇਰਾ ਮਤਲਬ ਇਹ ਨਹੀਂ ਸਭ ਨੂੰ ਬਚਾ ਕੇ ਰੱਖੇ ਸੁਨਤ ਦੇਵੇ ਸਾਨੂੰ ਚੇਤਨਤਾ ਦੇਵੇ ਪਰ ਇਹੋ ਜਿਹੇ ਦੁੱਖ ਸੁੱਖ ਆਉਣਗੇ ਤੇ ਇਹਦਾ ਮਤਲਬ ਦੁਨੀਆ ਰੱਬ ਤੋਂ ਨਾਸਤਿਕ ਹੋ ਜਾਏ ਕਹਿਣ ਵਾਲਾ ਵੀ ਕੋਈ ਆਮ ਆਦਮੀ ਨਾ ਹੋਵੇ ਪ੍ਰਚਾਰਕ ਹੋਵੇ ਗੁਰਬਾਣੀ ਪੜ੍ਹਨ ਵਾਲਾ ਹੋਵੇ ਜਿਹੜੀ ਚੀਜ਼ ਵੀ ਅਸੀਂ ਜੇ ਅਸੀਂ ਗੁਰੂ ਨਾਲ ਰੱਬ ਨਾਲ ਰਿਸ਼ਤਾ ਕਿਸੇ ਸ਼ਰਤ ਤੇ ਰੱਖਣਾ ਹੈ ਤਾਂ ਕੋਈ ਰਿਸ਼ਤਾ ਨਹੀਂ ਸ਼ਰਤਾਂ ਤੇ ਰਿਸ਼ਤੇ ਨਹੀਂ ਪਰ ਜਦੋਂ ਅਸੀਂ ਆਸਾ ਮਨਸਾ ਲੈ ਕੇ ਗੁਰਦੁਆਰੇ ਆਉਂਦੇ ਹਾਂ ਆਸਾ ਮਨਸਾ ਲੈ ਕੇ ਰੱਬ ਨਾਲ ਜੁੜਨੇ ਹਾਂ ਤਾਂ ਵਿਸ਼ਵਾਸ ਕਰਿਓ ਉਹ ਆਸਾ ਮਨਸਾ ਇੱਕ ਸ਼ਰਤ ਬਣ ਜਾਂਦੀ ਹੈ ਜੇ ਮੇਰੀ ਇੱਛਾ ਪੂਰਵ ਮੈਂ ਤਾਂ ਇਸੇ ਲਈ ਚੱਲਿਆ ਜਿਵੇਂ ਸਾਡੇ ਇਤਿਹਾਸ ਨੂੰ ਅਸੀਂ ਕਰਮ ਕਾਂਡੀ ਲਫ਼ਜ਼ ਕਹਿੰਦੇ ਹਾਂ ਤੀਰਥਾਂ 'ਤੇ ਜਾਣ ਦੇ ਉਹਦਾ ਮਤਲਬ ਕੀ ਅਸੀਂ ਇੱਛਾਵਾਂ ਲੈ ਕੇ ਤੀਰਥਾਂ 'ਚ ਜਾਂਦੇ ਅਤੇ ਗੁਰੂ ਕਹਿੰਦੇ ਨਹੀਂ ਇੱਛਾ ਸਗਲ ਤਿਆਗੇ ਆਸਾ ਮਨਸਾ ਸਗਲ ਤਿਆਗੇ ਜਾਗਦੇ ਰਹੇ ਨਿਰਾਸਾ ਤੇਰੇ ਨਾਲ ਜਾਂਦੀਆਂ ਨੇ ਆਸਾ ਤੇ ਮਨਸਾ ਤੂੰ ਗੁਰਦੁਆਰੇ ਵੀ ਆਉਣਾ ਹੈ ਨਾਮ ਵੀ ਜਪਣਾ ਹੈ ਤੀਰਥਾਂ 'ਤੇ ਵੀ ਜਾਣਾ ਹੈ ਪਰ ਉਹਦੇ ਨਾਲ ਤੇਰੇ ਇਕੱਲਾ ਨਹੀਂ ਜਾਂਦਾ ਤੂੰ ਇਕੱਲਾ ਨਹੀਂ ਜਾਂਦਾ ਤੇਰੇ ਨਾਲ ਆਸਾ ਮਨਸਾ ਤੋਂ ਬੜਾ ਵੱਡਾ ਕਾਫਲਾ ਨਾਲ ਤੁਰ ਪੈਂਦਾ ਜਿਹਨੂੰ ਤੂੰ ਤਿਆਗ ਨਹੀਂ ਸਕਦਾ ਅਤੇ ਬਾਬਾ ਕਬੀਰ ਕਹਿੰਦੇ ਨੇ ਤਿਆਗ ਕੇ ਜਾਣ ਵਾਲੀ ਤਾਂ ਚੀਜ਼ ਸੀ ਸਤਿਗੁਰੂ ਜੀ ਬਾਣੀ ਵਿੱਚ ਆਖਿਆ ਨਾ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਕਹਿਣ ਲੱਗੀ ਤਿਆਗਣ ਵਾਲੀ ਤਾਂ ਇਹ ਚੀਜ਼ ਸੀ ਜਦੋਂ ਤੂੰ ਗੁਰੂ ਕੋਲ ਜਾਵੇਂ ਤੇਰੇ ਅੰਦਰ ਕੋਈ ਐਸਾ ਮਨਸਾ ਕੋਈ ਸ਼ਰਤ ਨਾ ਹੋਵੇ ਕਿ ਮੈਂ ਗੁਰੂ ਤੇਰੇ ਕੋਲ ਇਸ ਲਈ ਆਇਆ ਜੇ ਆਹ ਚੀਜ਼ ਦੇਵੇਂਗਾ ਤਾਂ ਤੂੰ ਮੇਰਾ ਗੁਰੂ ਹੈ ਫਿਰ ਤਾਂ ਮੇਰਾ ਵੀ ਹੋ ਗਿਆ ਜੀਆ ਦੇਵੇ ਫਿਰ ਤਾਂ ਹਰ ਕੋਈ ਸ਼ਰਤ ਰੱਖੇਗਾ ਜੇ ਮੇਰੇ ਬੱਚੇ ਪਾਸ ਹੋ ਜਾਣ ਤਾਂ ਤੂੰ ਗੁਰੂ ਹੈ ਤਾਂ ਤੂੰ ਰੱਬ ਹੈ ਦੁਨੀਆਂ ਦਾ ਕੋਈ ਮਨੁੱਖ ਬੇਸ਼ੱਕ 100 ਸਾਲ ਦੀ ਉਮਰ ਪਹੁੰਚ ਜਾਏ ਉਦੋਂ ਵੀ ਅਰਦਾਸ ਕਰਦਾ ਕਿ ਹਜੇ ਤੱਕ ਇਹ ਤੰਦਰੁਸਤ ਹੋ ਜਾਏ ਫਿਰ ਜਿੰਦਾ ਜਿਹੜਾ ਤੰਦਰੁਸਤ ਨਾ ਹੋਵੇ ਉਹ ਰੱਬ ਤੋਂ ਮੁਨਕਰ ਹੋ ਜਾਏ ਨਾਸਤਿਕਤਾ ਪੈਦਾ ਕਰਨ ਦਾ ਪਤਾ ਨਹੀਂ ਇਹੋ ਜਿਹੀ ਬੋਲੀ ਸਾਡੇ ਪ੍ਰਚਾਰਕ ਨੌਜਵਾਨ ਨਵੇਂ ਉੱਠੇ ਪ੍ਰਚਾਰਕ ਵੀਰੋਂ ਨੂੰ ਕੌਣ ਦੇ ਰਿਹਾ ਹੈ ਕਿ ਇਸ ਕਿਸਮ ਦੀ ਬੋਲੀ ਨਾਲ ਉਸ ਪ੍ਰਚਾਰ ਕਰ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਇਸ ਗੱਲ ਰੱਖੀ ਕਹਿਣ ਲੱਗੇ ਗੁਰੂ ਨਾਲ ਰਿਸ਼ਤਾ ਕਾਇਮ ਤਾਂ ਹੋਵੇਗਾ ਜੇ ਦਰਮਿਆਨ ਵਿੱਚੋਂ ਆਸਾ ਮਨਸਾ ਜਿਹੜੇ ਤੇਰੇ ਪੱਕੇ ਸਾਥੀ ਹੋ ਗਏ ਨੇ ਮੋਹ ਮਮਤਾ ਜਿਹੜੇ ਤੇਰੇ ਜੀਵਨ ਦਾ ਇੱਕ ਪਲ ਵੀ ਤੈਨੂੰ ਸੁਰੱਖਿਅਤ ਵੱਖਰਾ ਨਹੀਂ ਕਰਦੇ ਤੂੰ ਜਿੱਥੇ ਵੀ ਜਾਣਾ ਤੇਰੇ ਨਾਲ ਜਾਂਦੇ ਨੇ ਇਹਨੂੰ ਤਿਆਗ ਕੇ ਜਾ ਕਹਿਣ ਲੱਗੇ ਜਮੜਨ ਦਾ ਕੋਈ ਅਸਰ ਮਤਲਬ ਨਹੀਂ ਇਹਨੂੰ ਸ਼ਰਤ ਹੀ ਕੋਈ ਨਹੀਂ
ਤੇ ਨਹੀਂ ਤਾਂ ਜੇ ਸ਼ਰਤਾਂ ਨਾਲ ਜਾਏਗਾ ਫਿਰ ਪਿੱਛੇ ਮੁੜੇਗਾ, ਆਹ ਚੀਜ਼ ਮੈਨੂੰ ਇੱਥੋਂ ਨਹੀਂ ਮਿਲੀ, ਚਲੋ ਨਹੀਂ ਅਗਲੀ ਵਾਰ ਨਹੀਂ ਆਉਂਦੇ ਨਹੀਂ ਆਉਂਦੇ। ਗੁਰੂ ਕਹਿੰਦੇ ਨੇ ਜਿਸ ਦਿਨ ਤੇਰਾ ਵਿਰ ਵਿਸ਼ਵਾਸ ਗੁਰੂ ਦੇ ਪਿਆਰ ਨਾਲ ਹੋ ਜਾਏਗਾ ਉਸ ਦਿਨ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਆਸਾ ਮਨਸਾ ਦੇ ਪੱਕੇ ਸਾਥੀ ਵੀ ਤੇਰਾ ਸਾਥ ਨਹੀਂ ਦੇਣਗੇ, ਨਹੀਂ ਜਾਣਗੇ। ਤੇ ਫਿਰ ਕਿਸੇ ਗੱਲ ਤੋਂ ਨਿਰਾਸ਼ ਹੋ ਕੇ ਤੂੰ ਗੁਰੂ ਰੱਬ ਤੋਂ ਮੁਨਕਰ ਹੋ ਕੇ ਪਿਛਾ ਵੀ ਨਹੀਂ ਮੁੜੇਗਾ। ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਉਹਨੇ, ਕਹਿਣ ਲੱਗੇ ਹੇ ਕਬੀਰ ਜਿਵੇਂ ਸੰਸਾਰ ਦਾ ਹਰ ਮਨੁੱਖ ਮੋਹ ਮਮਤਾ ਤੇ ਆਸਾ ਮਨਸਾ ਦੇ ਸਾਥ ਵਿੱਚ ਬੱਝਿਆ ਹੋਇਆ ਹੈ ਤੇ ਜੇ ਤੂੰ ਵੀ ਉਸੇ ਹੀ ਆਸਾ ਮਨਸਾ ਦੇ ਸਾਥ ਵਿੱਚ ਬੱਝ ਕੇ ਜੀਵਨ ਗੁਜ਼ਾਰ ਗਏ ਹੋ ਤੇ ਕਹਿਣ ਲੱਗੇ ਤੇਰਾ ਇਹ ਮਨੁੱਖੀ ਜਾਮਾ ਇਉਂ ਬਿਰਥਾ ਚਲਾ ਜਾਏਗਾ, ਇਉਂ ਬਿਰਥਾ ਚਲਾ ਜਾਏਗਾ ਜਿਵੇਂ ਆਟਾ ਤੇ ਲੂਣ ਬਿਰਥਾ ਚਲਾ ਜਾਂਦਾ ਹੈ। ਇੱਕ ਹਾਜ਼ਾ ਭਗਤੀ ਹੁਣ ਆਟਾ ਤੇ ਲੂਣ ਕੀ ਹੈ, ਗੁਰਬਾਣੀ ਦੇ ਅੰਦਰ ਇੱਕ ਪਾਸੇ ਕਹਿ ਦਿੱਤਾ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਗਿਰਤ ਤਾਂ ਹੋਆ ਪਾਕ ਪਵ, ਇੰਨਾ ਇੰਨਾ ਵੱਡਾ ਰੁਤਬਾ, ਇੰਨਾ ਵੱਡਾ ਰੁਤਬਾ ਦੇਵਤਾ ਬਣਿਆ। ਕਹਿ ਲੱਗੀ ਕਿੱਡੀ ਅਜੀਬ ਗੱਲ ਹੈ, ਉਹ ਦੇਵਤਾ ਜਦੋਂ ਕੋਠੀ ਜਾਈ ਸੁੱਟਿਆ, ਜਦੋਂ ਪੇਟ ਵਿੱਚ ਚਲਾ ਗਿਆ ਕੋਠੀ ਥਾਂ ਚਲੇ ਗਿਆ, ਉਹ ਇੰਨਾ ਬਰਬਾਦ ਹੋਇਆ, ਇੰਨਾ ਬਰਬਾਦ ਹੋਇਆ ਜਿਹਨੂੰ ਕਦੀ ਦੇਵਤਾ ਆ ਕੇ ਪਹਿਲੀ ਗ੍ਰਹਿ ਤੋੜਨ ਲੱਗਿਆ, ਸਿਰ ਝੁਕਾਉਂਦੇ ਸਨ ਲੋਕ, ਉਹੀ ਦੇਵਤਾ ਜਦੋਂ ਕੋਠੀ ਥਾਂ ਚਲਾ ਗਿਆ, ਹੁਣ ਜਦੋਂ ਉਹ ਉੱਥੋਂ ਬਾਹਰ ਨਿਕਲਿਆ ਤਾਂ ਉਹ ਲੋਕ ਫਿਰ ਨੱਕ ਵੀ ਬੰਦ ਕਰਨ ਲੱਗ ਪਏ ਕਿਉਂਕਿ ਇਹਦੀ ਬਦਬੂ ਵੀ ਆਉਂਦੀ, ਇਹਨੂੰ ਦੇਖਣਾ ਵੀ ਨਹੀਂ, ਵਿਸ਼ਟਾ ਹੋ ਗਿਆ ਹੈ, ਦੇਵਤਾ ਵਿਸ਼ਟਾ ਹੋ ਗਿਆ। ਕਹਿਣ ਲੱਗੇ ਤੇਰੀ ਹਾਲਤ ਵੀ ਇਹ ਹੋਈ ਹੈ, ਜਿਸ ਦਿਨ ਤੂੰ ਆਪੇ ਨੂੰ ਨਾ ਪਛਾਣ ਸਕਿਆ ਇਹ ਜਾਮਾ ਇਹ ਮਨੁੱਖਾ ਜਨਮ ਜਿਹੜਾ ਸੋਨੇ ਵਰਗਾ ਹੈ ਤੈਨੂੰ ਮਿਲਿਆ, ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਮਿਲਿਆ, ਇਹ ਕੰਚਨ ਕਾਇਆ ਮਾਨੋ ਉਸ ਵਿਸ਼ਟਾ ਦੀ ਢੇਰੀ ਵਾਂਗੂ ਇੱਕ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਏਗਾ, ਤੂੰ ਬਰਬਾਦ ਕਰ ਲਏਗਾ ਇਸ ਜਾਮੇ ਨੂੰ। ਬਾਬਾ ਕਬੀਰ ਕਹਿਣ ਲੱਗੇ ਮਨਸਾ ਦੀ ਜੇਵਰੀ ਰੱਸੀ ਨਾਲ ਸੰਸਾਰ ਬੱਝਿਆ ਹੋਇਆ ਹੈ, ਹੇ ਕਬੀਰ ਤੂੰ ਵੀ ਕਿਤੇ ਉਸੇ ਰੱਸੀ ਨਾਲ ਨਾ ਬੱਝ ਜਾਈ, ਜੇ ਬੱਝ ਗਿਓ ਤੇ ਤੇਰੇ ਜੀਵਨ ਮਨੁੱਖਾ ਜਨਮ ਦੀ ਉਹ ਹਾਲਤ ਹੋਵੇਗੀ ਜਿਵੇਂ ਹੁੰਦੇ ਅੰਨ ਦੇਵਤੇ ਦੇਵਤਾ ਤੇ ਪਾਣੀ ਦੇਵਤਾ ਦੀ ਹੁੰਦੀ ਹੈ। ਜੈ ਸਮਾਨ ਸਰੀ
ਇਸ ਲਈ ਗੁਰੂ ਦੇ ਪਿਆਰ ਦੇ ਦਰਮਿਆਨ ਆਸਾ ਮਨਸਾ ਨਾ ਆਵੇ। ਜੇ ਮੈਨੂੰ ਗੁਰੂ ਆ ਦੇਵੇ ਤਾਂ ਗੁਰੂ ਆ, ਕਾਹਦਾ ਗੁਰੂ ਹੈ। ਫਿਰ ਤਾਂ ਅਰਦਾਸ ਨਾ ਰਹੀ, ਹੁਕਮ ਹੋ ਗਿਆ। ਅਰਦਾਸ ਦੇ ਨਾਮ ਥੱਲੇ ਹੁਕਮ ਹੋ ਗਿਆ। ਹੁਕਮ ਇਹ ਹੁੰਦਾ ਵੀ ਮੇਰਾ ਮੇਰੀ ਗੱਲ ਮੰਨ। ਅਸੀਂ ਅਰਦਾਸ ਨਹੀਂ ਕਰਦੇ, ਹੁਕਮ ਕਰਦੇ। ਅਰਦਾਸ ਸਮਰਪਣ ਹੈ। ਸਤਿਗੁਰੂ ਨੇ ਬਾਣੀ ਅੰਦਰ ਬਾਰ ਬਾਰ ਸਪਸ਼ਟ ਕੀਤਾ, ਨਾਨਕ ਹੁਕਮ ਨਾ ਚੱਲਈ। ਗੁਰਬਾਣੀ ਦੀ ਤੁਕ ਹੈ, ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੇ ਅਰਦਾਸ। ਉੱਥੇ ਹੁਕਮ ਨਹੀਂ ਚੱਲਦਾ, ਅਰਦਾਸ ਚੱਲਦੀ ਹੈ। ਹੁਕਮ ਜਿਹੜੀ ਹੈ ਨਾ, ਉਹ ਇਹ ਗੱਲ ਕਹਿੰਦਾ ਹੈ, ਆ ਗੱਲ ਮੰਨ। ਹੇ ਰੱਬ, ਜੋ ਮੈਂ ਕਿਹਾ ਇਹ ਕੰਮ ਕਰ ਦੇ, ਨਹੀਂ ਤਾਂ ਤੂੰ ਕਦਾ ਰੱਬ ਹੈ। ਇਹੋ ਜਿਹਾ ਮਾਹੌਲ ਨਹੀਂ ਪੈਦਾ ਕਰਨਾ। ਇਹ ਨਾਸਤਿਕਤਾ ਦੇ ਰਾਹ ਤੋਰਿਆ ਜਾ ਰਿਹਾ। ਗੁਰੂ ਬਖਸ਼ਿਸ਼ ਕਰੇ ਸਾਨੂੰ, ਗੁਰੂ ਨਾਲ ਆਸਾ ਮਨਸਾ ਤਿਆਗ ਕੇ ਗੁਰੂ ਨਾਲ ਜੁੜਾ, ਬਿਨਾਂ ਸ਼ਰਤ ਤੋਂ। ਆਪਾਂ ਜਿਹਦੇ ਨਾਲ ਜ਼ਿਆਦਾ ਪਿਆਰ ਦਾ ਇਜ਼ਹਾਰ ਕਰੀਏ ਤਾਂ ਕਹਿੰਦੇ ਤੇਰਾ ਮੇਰਾ ਪਿਆਰ ਬਿਨਾਂ ਸ਼ਰਤ ਹੈ, ਅਤੇ ਅਸੀਂ ਤਾਂ ਗੁਰੂ ਨਾਲ ਵੀ ਸ਼ਰਤਾਂ ਰੱਖ ਲਈਏ। ਆਹ ਕੰਮ ਕਰੇ ਤਾਂ ਤੂੰ ਗੁਰੂ ਨੇ, ਆਹ ਕੰਮ ਕਰੇ ਤਾਂ ਤੂੰ ਰੱਬ ਹੈ। ਬਿਨਾਂ ਸ਼ਰਤ ਮੈਂ ਤੇਰਾ, ਬਸ ਤੂੰ ਮੈਨੂੰ ਜਿਵੇਂ ਰੱਖੇ। ਜੋ ਤੁਧ ਭਾਵੇ ਨਾਨਕਾ ਸਹਿਣ ਕਰ ਚੁੱਕੇ। ਸੋ ਗੁਰੂ ਬਖਸ਼ਿਸ਼ ਕਰੇ ਸਾਡਾ ਗੁਰੂ ਨਾਲ ਪਿਆਰ ਬਣਾਵੇ। ਇਹਨਾਂ ਸ਼ਬਦਾਂ ਦਾ ਰੱਖੇ ਮੰਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।